ਅਸਲਾਮ ਵਾਲੇਕਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਰਜਬ ਅਲੀ, ਤੁਸੀਂ ਵੇਖ ਰਹੇ ਨੀਲੀ ਪੰਜਾਬ ਟੀਵੀ। ਸਭ ਪਹਿਲਾਂ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ, ਬੈਲ ਆਈਕਾਉਨ ਦੇ ਬਟਨ ਕਰੋ ਓਕੇ, ਤਾਂ ਕਿ ਸਾਡੀ ਨਵੀਂ ਆਉਣ ਵਾਲੀ ਵੀਡੀਓ ਤੁਹਾਨੂੰ ਪਹੁੰਚ ਸਕੇ। ਦੋਸਤੋ, ਅੱਜ ਤੁਹਾਡੇ ਵਾਸਤੇ ਜਨਾਬ ਦੋ ਮੱਝਾਂ ਦੀ ਵੀਡੀਓ ਲੈ ਕੇ, ਮਾਸ਼ਾਅੱਲਾ ਬੜੀਆਂ ਖੂਬਸੂਰਤ ਮੱਝ ਨੇ। ਇੱਕ ਤਾਂ ਜਨਾਬ ਵਾਲੇ ਹੁਣੇ ਹੀ ਸੂਈ ਬੋਲਾ ਕੱਢਣਾ, ਜੇਰ ਨਹੀਂ ਸਿੱਟੀ ਜਨਾਬ ਕੈਮਰਾਮੈਨ ਸਾਹਿਬ, ਪਹਿਲੇ ਇਸ ਮੱਝ ਦੀ ਤਸੱਲੀ ਕਰਾਓ। ਦੋਸਤੋ, ਇਹ ਗੱਬਣ ਮੱਝ ਮਾਸ਼ਾਅੱਲਾ ਬੜੀ ਪਿਆਰੀ, ਕੱਦ ਮਾਸ਼ਾਅੱਲਾ ਦੇਖੋ ਤੇ ਜਨਾਬ, ਪੁੱਠਾ ਦੇਖੋ ਮਾਸ਼ਾਅੱਲਾ, ਬੜਾ ਚੌੜਾ ਪੁੱਠਾ ਹੈ, ਸੋਹਣੀ ਸੁਥਰੀ। ਬਾਕੀ ਕਿੰਨੇ ਦਿਨ ਲੈਂਦੀ ਜਾਂ ਕੀ ਹਿਸਾਬ ਕਿਤਾਬ ਹੈ, ਸਾਰਾ ਕੁਛ ਜਨਾਬ ਮਾਲਕ ਕੋਲ ਪੁੱਛ ਕੇ ਤੁਹਾਨੂੰ ਦੱਸਾਂਗੇ। ਬਾਕੀ ਜਨਾਬ ਮੇਰਾ ਕੈਮਰਾਮੈਨ ਤੁਹਾਨੂੰ ਹਰ ਇੱਕ ਚੀਜ਼ ਦੀ ਤਸੱਲੀ ਕਰਾਵੇਗਾ। ਬਾਕੀ ਜਨਾਬ ਇਹ ਦੇਖੋ ਪੂਰੀਆਂ ਬਿਰਲਾਂ 'ਤੇ ਥਣ, ਇਹ ਜਨਾਬ ਦੇਖੋ ਬਿੱਲੀਆਂ ਅੱਖਾਂ, ਮੱਥਾ ਸਫੈਦ ਹੈ, ਚੀਰ ਲੈਂਦਾ ਪਿਆ ਜਨਾਬ ਸੱਜੇ ਪਾਸੇ ਨੂੰ। ਤਸੱਲੀ ਨਾ ਜਨਾਬ ਕੈਮਰਾਮੈਨ ਸਾਹਿਬ, ਇਹਦੀ ਅੱਖਾਂ ਸਿੰਘ ਹਰ ਚੀਜ਼ ਜਿਹੜੀ ਨਾ ਤਸੱਲੀ ਕਰਵਾ ਦਿਓ ਜਨਾਬ। ਬਾਕੀ ਜਨਾਬ ਦੇਖੋ ਪੂਰੀਆਂ ਬਿਰਲਾਂ 'ਤੇ ਥਣ ਨੇ, ਔਰ ਟੀਕਾ ਤਾਂ ਨਹੀਂ ਲਾ ਰਹੇ, ਸੋਇਆ ਕਰਮਾਂ ਵਾਲੀ ਹੈ। ਬਾਕੀ ਹਵਾਨਾ ਹਰ ਚੀਜ਼ ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਬਖਰੀ ਖਾਵੇਗਾ। ਮਾਸ਼ਾਅੱਲਾ ਸੋਹਣੇ ਫੜ ਨੇ, ਪੂਰੀਆਂ ਬਿਰਲਾਂ 'ਤੇ ਨੇ, ਹਵਾਨਾ ਜਨਾਬ ਮੇਰਾ ਕੈਮਰਾਮੈਨ ਤੁਹਾਨੂੰ ਦੋਨਾਂ ਸਾਈਡਾਂ 'ਤੇ ਤਸੱਲੀ ਨਾਲ ਦਿਖਾਵੇਗਾ। ਬਾਕੀ ਥੱਲੇ ਤੁੰਨੀ ਕੋੜੀ ਤਸੱਲੀ ਨਾਲ ਵਿਖਾ ਜਨਾਬ। ਇਹ ਜਨਾਬ ਦੇਖੋ ਮਾਸ਼ਾਅੱਲਾ ਮੁੱਢ ਦਾ ਥਣ ਪੂਰੀਆਂ ਬਿਰਲਾਂ 'ਤੇ, ਬੜਾ ਸੋਹਣਾ ਥਣ ਪੂਰੀਆਂ ਬਿਰਲਾਂ 'ਤੇ, ਮਾਸ਼ਾਅੱਲਾ ਕੱਦ ਵੀ ਠੀਕ ਹੈ, ਚੰਗਾ ਚੌੜਾ ਪੁੱਠਾ ਇਹਦਾ। ਇਹ ਜਨਾਬ ਦੇਖੋ ਚੰਗਾ ਚੌੜਾ ਪੁੱਠਾ, ਸੋਹਣੀ ਸੁਥਰੀ। ਬਾਕੀ ਇਨਸ਼ਾਅੱਲਾ ਹਰ ਪਾਸੋਂ ਪੂਰੀ, ਹਾਂ ਇਹਨੂੰ ਖੋਲ ਦਿਓ ਪਾਈਵਾਨ ਵਾਲਾ ਇਹਨੂੰ। ਬਾਕੀ ਕਿੰਨੇ ਦਿਨ ਲੈਂਦੀ ਜਾਂ ਕੀ ਹਿਸਾਬ ਕਿਤਾਬ ਹੈ, ਸਾਰਾ ਹੀ ਜਨਾਬ ਮਾਲਕ ਕੋਲ ਪੁੱਛ ਕੇ ਤੁਹਾਨੂੰ ਦੱਸਾਂਗੇ। ਅਗਨ ਥੋੜ੍ਹਾ ਨਹੀਂ, ਥੋੜ੍ਹਾ ਲੰਮਾ ਕਰਕੇ ਨਾ, ਇਹ ਜਨਾਬ ਟੁਰਦੀ ਫਿਰਦੀ ਤੁਹਾਨੂੰ ਤਸੱਲੀ ਕਰਵਾ ਰਹੇ ਹਾਂ, ਕਿਉਂਕਿ ਹੈ ਹਰ ਚੀਜ਼ ਤਸੱਲੀ ਨਾਲ ਦਿਖਾਉਣੀ। ਟੋਰ ਫੇਰ ਕੇ ਵੀ ਕੋਈ ਕਸਰਨੀ ਜਾਂ ਕੋਈ ਹਿਸਾਬ ਕਿਤਾਬ ਲੱਤਾਂ ਪੈਰਾਂ ਤਾਂ ਨਹੀਂ ਹੈਗਾ, ਹਾਂ ਇਹਨੂੰ ਟੋਰ ਨਾ ਟੋਰ ਨਾ ਫਿਰ ਇਹਨੂੰ ਪਿੱਛਾ ਮੋੜ ਕੇ ਲਿਆਈ, ਇੱਦਾਂ ਲੰਮੀ ਟੁਰਦੀ ਪੱਠਿਆਂ ਨੂੰ ਹੀ ਬੜੀ ਜਾਂਦੀ ਹੈ। ਜਨਾਬ ਅਗਲੇ ਪਾਸੋਂ ਹੀ ਵਿਖਾਵਾਂ, ਅਗਲੇ ਪਾਸੇ ਇੱਥੇ ਜਨਾਬ ਦੇਖੋ ਮਾਸ਼ਾਅੱਲਾ ਹਰ ਪਾਸੋਂ ਸਾਫ਼ ਸੁਥਰੀ। ਅੱਛਾ ਭਾਈ ਮਾਨੂ ਲਾ ਜਾਓ ਮਾੜਾ ਜਾ ਜੀ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ। ਅੱਛਾ ਭਾਈ ਮਾਨੂ ਲਾ, ਕਿੰਨਵਾਂ ਸੁਬਾ ਸੁਣਿਆ ਇਹਨੇ? ਦੂਸਰਾ ਹੁਣ ਸੁਣਦੀ ਪਈ ਜੀ। ਅੱਛਾ ਦੂਸਰਾ ਹਲੇ ਸੁਣਿਆ, ਕਿੰਨੇ ਦਿਨ ਲੈ ਜਾਏਗੀ ਸੁਣਨ ਦੇ ਵਿੱਚ? 14 ਤਰੀਕ ਨੂੰ ਦਿਨ ਪੂਰੇ ਨੇ ਜਾਂ ਦੋ ਦਿਨ ਉੱਤੇ ਵੀ ਲੈ? ਅੱਛਾ 14 ਤਰੀਕ ਨੂੰ ਦਿਨ ਪੂਰੇ ਨੇ, ਅੱਜ 8 ਤਰੀਕ ਕਹਿੰਦਾ, ਮਤਲਬ ਇਹ ਵੀ ਰਹਿ ਜਾਏਗਾ ਕੋਈ 6-7 ਦਿਨ ਦਾ, ਲੈ ਜਾਏਗੀ ਇਨਸ਼ਾਅੱਲਾ। ਠੀਕ ਹੋ ਗਿਆ ਤੇ ਪਹਿਲੇ ਸੂਬੇ ਦਾ ਕੋਈ ਰਿਕਾਰਡ ਹੈ ਇਹਦਾ ਦੁੱਧ ਦਾ ਮਾੜਾ ਮੋਟਾ? ਪਹਿਲੇ ਦਾ ਸਾਰਾ ਹੀ ਹੈਗਾ ਜੀ, ਮਾੜਾ ਮੋਟਾ ਨਹੀਂ। ਹਾਂਜੀ ਇਹਦਾ ਪਹਿਲਣ ਉੱਤੇ ਜੀ ਬਿਨਾ ਵੰਡੇ ਤੋਂ ਰਮਾਨ ਨਾਲ ਅਸੀਂ 14-15 ਲੀਟਰ ਚੋਈ ਗਏ। 14-15 ਲੀਟਰ ਪਹਿਲਣ? ਹਾਂਜੀ ਪਹਿਲਣ। ਨਹੀਂ ਯਾਰ ਇੰਨਾ ਪਹਿਲਣਾ ਕਰ ਜਾਂਦੀਆਂ ਤਸੱਲੀ ਕਾ ਲੈਣ ਇਨਸ਼ਾਅੱਲਾ, ਆਪਣੇ ਪਹਿਲਣ ਵੀ ਉਹਨਾਂ ਕਰੀ, ਦੂਜੇ ਵੀ ਉਹਨਾਂ ਕਰੇ ਜੀ। ਅੱਛਾ ਐਤਕੀ ਵੀ ਉਹਨਾਂ ਹੀ ਕਰੇਗੀ 14-15 ਲੀਟਰ? ਸੇਰ ਦੋ ਵਧੇ ਦੀ ਉਦੋਂ ਘਟਦੀ ਨੇ ਇਨਸ਼ਾਅੱਲਾ। ਅੱਛਾ ਇਹਦੀ ਮੁਨਾਸਬ ਜੀ ਕੀਮਤ ਦੱਸੋ, ਹਾਂ ਕਿੰਨੀ ਮੁੱਲ ਤਾਂ ਕਰਨਾ? 4 ਵੀ ਪੌਣੇ 4 ਵੀ। ਅੱਛਾ ਨਹੀਂ ਦੇਣੀ ਮੁੱਲ ਮੁਨਾਸਬ ਰੱਖੋ, ਇੰਨਾ ਜ਼ਿਆਦਾ ਜਿਹੜਾ ਮੁੱਲ ਨਾ ਇਹ ਨਹੀਂ ਕਰਨਾ ਯਾਰ, ਜਿੰਨੇ ਦੀ ਚੀਜ਼ ਮੁੱਲ ਉਹ ਕਰਨਾ। ਉਹ ਹੀ ਗੱਲ ਨਾ ਫਿਰ 3.25 ਦੀ ਮੈਂ ਲਾਈ, 3.25 ਵੀ ਯਾਰ ਨਾ ਰੇਟ ਤੇਰਾ ਜ਼ਿਆਦਾ ਹੈ। ਇਹ ਨਾ ਕੈਸੀ ਮੁਰਤਰੰਗੀ ਅੱਲਾ ਯਾਰ, ਉਹ ਮਾਸ਼ਾਅੱਲਾ ਤੇਰੀ ਸੋਹਣੀ ਹੈ, ਕਿਸੇ ਪਾਸੋਂ ਵੀ ਖੁੰਜੀ ਨਹੀਂ ਦੀ। ਬਾਕੀ 3.25 ਨਾ ਜਿਹੜਾ ਮੁੱਲ ਜ਼ਿਆਦਾ ਇਹਦਾ, ਮੇਰਾ ਮੁੱਲ ਜਾਇਜ਼ ਕਰ ਇਹਦਾ, ਜਾਵੇ ਦੇ ਇਨਸ਼ਾਅੱਲਾ ਯਾਦ ਕਰੇਗਾ ਜੀ, ਚੋਟੀ ਦਾ ਮੁੱਲ ਕੋਈ ਨਹੀਂ ਕਰਦਾ ਇਹਨਾਂ ਕੋਈ। ਨਹੀਂ ਮੁੱਲ ਥੋੜਾ ਜਿਹਾ ਜਾਇਜ਼ ਕਰ, ਮੁੱਲ ਤੇਰਾ ਥੋੜਾ ਜਿਹਾ ਜ਼ਿਆਦਾ ਹੈ ਯਾਰ। ਮੁੱਲ ਪਤਾ ਯਾਰ 7 ਲੱਖ ਕੀਤੀ ਜਾਂਦੇ ਨੇ ਬੰਦੇ, ਸਾਨੂੰ ਵੀ ਪਤਾ ਕਿਹੜਾ ਵੇਖ ਜਾਂਦੀਆਂ ਨੇ ਉਹਨੇ ਦੀਆਂ। ਬਾਕੀ ਮੈਂ ਤੇ ਨਾ ਭਰਾ ਮੁੱਲ ਨਹੀਂ ਕੀਤਾ, ਵੇਖ ਲੈ ਹੁਣ ਚੋਟੀ ਮੇਰਾ ਮੁੱਲ ਤਾਂ ਨਹੀਂ ਜਿਹੜਾ ਨਾ, ਤੇ ਬਾਕੀ ਉਹ ਸਾਡੇ ਨਾਲ ਇਹਦੇ ਚ ਕੋ ਪਿਆਰ ਮੁਹੱਬਤ ਕਰ ਜਾਇ ਮੁਨਾਸਬ। ਮੈਂ ਆਣਾ ਵੀ ਮੁੱਲ 4 ਲੱਖ ਕੇ, ਤੈਨੂੰ ਆਖਿਆ ਵੀ ਕਿਹੜੀ ਦੇਣੀ ਨਾ, ਆਪਾਂ 3.25 ਦੀ ਮੈਂ ਦੇ ਦਿਆਂ। 3.25 ਦੇ ਵਿੱਚ ਕੋ ਸਾਡੇ ਨਾਲ ਪਿਆਰ ਮੁਹੱਬਤ, ਕੋਈ ਕਿਸੇ ਆਇਆਂ ਦੀ ਕੋਈ ਦੀਦ ਲਿਆ ਦਿਓ, ਕੋਈ ਕਿਰਾਇਆ ਪਹਾੜਾ, ਉਹ ਤਾਂ ਮੁੜ ਪਿਆਰ ਮੁਹੱਬਤ ਕਰਨਾ ਪੈਂਦਾ। ਠੀਕ ਹੋ ਗਿਆ ਜੀ ਦੋਸਤੋ, 3.25 ਲੱਖ ਕੀਮਤ ਤੇ ਪਿਆਰ ਮੁਹੱਬਤ ਕਹਿੰਦੇ ਨੇ ਕਰ ਲਾਂਗੇ। ਬਾਕੀ ਤੁਹਾਡੇ ਸਾਹਮਣੇ ਹੀ ਹੈ, 14-15 ਲੀਟਰ ਦੁੱਧ ਕਰੇਗੀ, ਇਹ ਕਫਤਾ ਸੁਣਨ ਦੇ ਵਿੱਚ ਲੈਂਦੀ। ਕੈਮਰਾਮੈਨ ਸਾਹਿਬ ਆ ਦੂਸਰੀ ਮੱਝ ਦਿਖਾਓ, ਉਸ ਤੋਂ ਬਾਅਦ ਇਹਨੂੰ ਵਿਖਾਵਾਂਗੇ ਦੁਬਾਰਾ। ਮੋਟ-ਮੋਟ ਥਾਣ ਵੇਖ, ਗੱਠ-ਗੱਠ ਵੇਰ ਲਾ। ਨਹੀਂ ਉਹ ਤਾਂ ਮਾਸ਼ਾਅੱਲਾ ਦਿਸੀ ਜਾਂਦੀ ਹੈ। ਵਾਹ ਭਾਵੇਂ ਬੱਚੇ ਨੂੰ ਬਾ ਦੇ, ਇਨਸ਼ਾਅੱਲਾ ਯਾਦ ਕਰੇ ਹੁੰਦੇ ਚੋਵਣ ਲੱਗੇ। ਉਹ ਦੂਸਰੀ ਦਿਖਾਓ ਨਾ ਨਾਲ ਜਨਾਬ ਮੱਝ। ਆ ਦੇ ਇਹ ਜਨਾਬ ਵਾਲੇ ਹੁਣ ਹੀ ਸੂਈ ਹੈ, ਆ ਤਕਰੀਬਨ ਕੋਈ 10-15 ਮਿੰਟ ਹੋ ਗਏ ਨੇ। ਇਹ ਜਨਾਬ ਦੇਖੋ ਚੂਰਕੁੰਡ ਸਿੰਘ ਟੋਟਲ ਕਾਲੀ ਸਿਆ,
ਸ਼ਾਹ ਕਾਲੀ ਮਗਰ ਕੱਟੀ, ਮਗਰ ਵੀ ਕੱਟੀ ਉਹ ਵੀ ਮਾਸ਼ਾਅੱਲਾ ਕਾਲੀ ਸਿਆ ਏ, ਮਗਰ ਵੀ ਕੱਟੀ ਮਾਸ਼ਾਅੱਲਾ ਉਹ ਵੀ ਕਾਲੀ ਸਿਆ, ਕੱਦ ਵੀ ਮਾਸ਼ਾਅੱਲਾ ਇਹਦਾ ਸੋਹਣਾ ਮੱਝ ਦਾ, ਹਲੇ ਹੁਣ ਹੀ ਸੂਈ ਏ, 10-15 ਮਿੰਟ ਹੋ ਗਿਆ ਇਹਨੂੰ ਸੂਈ ਨੂੰ, ਬਾਕੀ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ। ਇਹਦੀ ਪੂਛਲ ਵੀ ਕਾਲੀ ਸਿਆ ਏ, ਮਸਲਨ ਕਿ ਥਣ ਜ਼ਰੂਰ ਸਫੈਦ ਨੇ, ਬਾਕੀ ਪੂਛਲ ਵੀ ਕਾਲਾ, ਆਹ ਵੀ ਸ਼ਾਹ ਕਾਲੀ, ਕੱਟੀ ਵੀ ਕਾਲੀ, ਸਿੰਘ ਵੀ ਕਾਲੇ, ਇਹ ਥਣ ਦੇਖ ਲਓ, ਹਵਾਨਾ ਦੇਖ ਲਓ, ਮਾਸ਼ਾਅੱਲਾ ਬੜਾ ਪਿਆਰਾ, ਹਲੇ ਤੱਕ ਹੁਣ ਹੀ ਸੂਈ ਏ, ਕੱਲਾ ਕੱਲਾ ਥਣ, ਹਾਂ ਵੀ ਮਾਸ਼ਾਅੱਲਾ ਪੂਰੀਆਂ ਵਿਰਲਾਂ ਤੇ ਬੜਾ ਪਿਆਰਾ ਥਾਂ ਏ। ਅੱਛਾ ਬਾਈ ਮਾਨੋ ਲਾ, ਇਹਨੂੰ ਨਾ ਥੋੜਾ ਜਿਹਾ ਕਿਸੇ ਪਾਸੇ ਟੋਰੇ ਨਾ, ਫਿਰ ਗੱਲ ਬਣਦੀ, ਥੋੜਾ ਮੋਟਾ ਕਰ, ਕਿੰਨੀ ਮਰਜ਼ੀ ਟੋਰ। ਇਹ ਜਨਾਬ ਤੁਸੀਂ ਦੇਖ ਲਿਆ ਜੇ, ਟੋਰਦੀ ਫਿਰਦੀ ਬਿਲਕੁਲ ਠੀਕ ਠਾਕ, ਹਵਾਨਾ ਮਾਸ਼ਾਅੱਲਾ ਬੜਾ ਪਿਆਰਾ, ਉੱਨੀ ਕੋੜੀ ਤੋਂ ਬਿਲਕੁਲ ਪਾ ਕੇ ਮਾਝੇ ਹੁਣੇ ਸੂਈ ਏ। ਤੇ ਜਨਾਬ ਅਸੀਂ ਸਾਨੂੰ ਵੈਸੇ ਉਹਨਾਂ ਨੇ ਫੋਨ ਟਾਈਮ ਨਾਲ ਹੀ ਕੀਤਾ ਸੀ, ਤੇ ਸੂ ਪੀਏ ਹੁਣ, ਬਾਕੀ ਹਰ ਚੀਜ਼ ਹੀ ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਕਰਾ ਰਿਹਾ। ਅੱਛਾ ਤਸੱਲੀ ਕਰ ਲਈ ਨਾ, ਮਗਰ ਕੱਟੀ ਕੇ ਕੱਟਾ, ਕੱਟੀ ਕੱਟੀ ਪਾ। ਅੱਛਾ ਮਗਰ ਕੱਟੀ, ਹਾਂਜੀ, ਇਹਦੀ ਪੂਛਲ ਵੀ ਸ਼ਾਇਦ ਇਹ ਮਾਂ ਤਰ੍ਹਾਂ ਕਿ ਕਾਲੀ, ਪੂਛਲ ਵੀ ਆ ਵੇਖ ਲਓ ਮਾੜੀ। ਅੱਛਾ ਇਹਦੀ ਐਵੇਂ ਦੋ ਕਵਾਲ ਥੱਲੋਂ ਜਾ ਕੇ ਸਫੈਦ ਨੇ ਕੱਟੀ, ਦੇ ਮਾਂ ਟੋਟਲੀ ਕਾਲੀ ਸਿਆ, ਥਣ ਸਫੈਦ ਨੇ, ਮੇਰਾ ਕੈਮਰਾਮੈਨ ਤੁਹਾਨੂੰ ਇਹਦੀ ਤਸੱਲੀ ਕਰਵਾ ਰਿਹਾ ਜਨਾਬ, ਚਾਰ ਸ਼ਫੇਰੋਂ, ਹਵਾਨਾ ਮਾਸ਼ਾਅੱਲਾ ਬੜਾ ਪਿਆਰਾ। ਅੱਛਾ ਅਮਾਨੁੱਲਾ ਭਾਈ, ਇਹਦਾ ਇਹ ਦੱਸੋ ਵੀ ਇਹ ਕਿੰਨਵਾਂ ਸੂਆ ਸੂਈ ਹੈ? ਇਹ ਦੂਸਰਾ ਸੂਆ ਭਾਅ ਜੀ। ਅੱਛਾ ਦੂਸਰਾ ਸੂਆ ਸੂਈ ਹੈ, ਹਾਂਜੀ। ਪਹਿਲੇ ਸੂਬੇ ਦਾ ਦੁੱਧ ਦਿੰਦਾ ਸਹੀ ਸਹੀ ਦੁੱਧ ਦੱਸਣਾ ਜਿਹੜਾ ਦਿੰਦੀ ਰਹੀ ਸਹੀ ਹੈ ਨਾ, ਕਿਹੜੇ ਗੜਵੀ ਮਾਰੀ ਆਪਾਂ ਇਨਸ਼ਾਅੱਲਾ, ਹਾਂਜੀ 12 ਲੀਟਰ ਦੀ ਗੜਵੀ ਮਾਰੀ ਜਾਂਦੀ, 12 ਲੀਟਰ ਦੁੱਧ ਦਿੰਦੀ, ਹਾਂਜੀ। ਹੁਣ ਦੂਸਰਾ ਸੂਈ, ਹੁਣ ਤਾਂ ਪਾਏ ਨਾਲ ਹੀ ਵੀ 12 ਤਾਂ ਕਰ ਹੀ ਜਾਏਗੀ, ਫਿਰ ਵੀ ਜ਼ਿਆਦਾ ਕਰੇ ਦੀ ਕਿ ਵੰਡ ਛੰਡ ਖਾਣਾ ਕਦੋਂ ਮੈਂ ਨਹੀਂ, ਇਨਸ਼ਾਅੱਲਾ ਵਧੇ ਦੀ ਪਾਰ ਤਾਂ ਇੱਥੇ ਦੋਂਦੀ ਸੂ ਪਈ ਕੱਟੀ, ਠੀਕ ਹੋ ਗਿਆ। ਹੁਣ ਛਿੱਕੀ ਕਿ ਪੂਰੇ ਦੰਦ ਕਰ ਗਈ? ਉਹਨੇ ਹੀ ਅਜੇ ਛਿੱਕੀ ਛਿੱਕੀ, ਆ ਛਿੱਕੀ ਹੈ ਜਾਂ ਹੋਣੇ ਵੇਖੀ। ਅੱਛਾ ਮੂੰਹ ਦੀਆਂ ਪੋਲੀਆਂ ਨੇ? ਪੋਲੀਆਂ ਪੋਲੀਆਂ ਕਿਵੇਂ ਮਰਜ਼ੀ ਬਾਹ ਆਵੇ ਨਾ, ਵਾੜੇ ਪਰ ਮਾਰ ਹਣੀ ਗਾਈ ਕੱਢੀਆਂ ਆਰਾਮ ਨਾਲ ਤੇ ਮਸਾਲਾ ਦੇ ਦਿੰਦੇ ਤੇ, ਠੀਕ ਹੋ ਗਿਆ। ਅੱਛਾ ਤੇ ਇਹਦੀ ਮناسب ਜੀ ਕੀਮਤ ਦੱਸੋ, ਹਾਂ ਕਿੰਨੀ ਹੈ ਇਸਦੀ ਮناسب ਜੀ ਕੀਮਤ? ਹਾਂ ਕੀਮਤ ਮناسب ਕਰਨੀ ਯਾਰ, ਮੁੱਲ ਇਹਦਾ 2.5 ਜੀ। ਨਹੀਂ ਨਹੀਂ ਮناسب ਯਾਰ, 2.5 ਨਹੀਂ, ਮناسب ਮੁੱਲ। ਅੱਛਾ ਹਾਂ ਮناسب, ਕਿਹੜੀ ਗੱਲ ਕਰਨ ਵਾਲੀ ਨਾ ਉਹ, ਹਾਂਜੀ 2-30 ਦੀ ਯਾਰ ਟੁੱਟੀ ਦੇ, 2-30 ਦੀ, 2-30 2-30 ਚ ਕੋ ਸਾਡੇ ਨਾਲ ਪਿਆਰ ਮੁਹੱਬਤ ਦੁਬਾਰਾ ਤਸੱਲੀ ਮਾੜੀ ਮਾੜੀ ਕਰਾਓ। ਇਹ ਜਨਾਬ ਦੇਖੋ, ਕਾਲੀ ਸਿਆ ਮੱਝ, ਝੂਰਕੁੰਡ ਸਿੰਘ, ਟੋਟਲੀ ਕਾਲੀ ਸਿਆ, ਮਗਰ ਕੱਟੀ ਵੀ ਕਾਲੀ ਸਿਆ, ਹਲੇ ਹੁਣ ਹੀ ਸੂਈ। ਅੱਛਾ ਬਾਕੀ ਮਾਨੁੱਲਾ ਭਾਈ, ਇਹਦਾ ਇਹ ਦੱਸ ਦਿਓ ਸਾਨੂੰ ਵੀ ਥਣਾਂ ਦੀ ਗਰੰਟੀ ਹੋਣੀ ਚਾਹੀਦੀ ਵੀ ਉਹ ਗੱਭਣੇ, ਆਹ ਤਾਂ ਚਲੋ ਪਾਸ ਅਸੀਂ ਕਰ ਹੀ ਲੈਣੀ ਹੈ, ਪਾਸ ਕਰੋਗੇ ਨਾ, ਕੋਈ ਛੱਟਾ ਫਰਾ ਹੋਵੇ, ਕੋਈ ਥਣ ਚ ਵਾਧਾ ਕਾਟਾ ਹੋਵੇ ਸਾਡੀ, ਚੋਣਾ ਡੇਰਾ ਮੋਟਾ ਹੋਵੇ ਨਾ ਗੋਠੇ ਤਰ੍ਹਾਂ, ਠੀਕ ਹੋ ਗਿਆ। ਚੁਆ ਤਾਂ ਲੋਹੜੇ ਦੀ ਆਰਫ ਵਾਲੇ ਤਾਂ ਤਕਰੀਬਨ ਅਸੀਂ ਕੋਈ 8-9 ਕਿਲੋਮੀਟਰ ਜਿਹੜਾ ਨਾ, ਬਲਕਿ ਜ਼ਿਆਦਾ 10 ਕਿਲੋਮੀਟਰ ਜਿਹੜਾ ਸਾਈਡ ਤੇ ਖੜੇ ਆ ਟਾਰੀ ਤੇ, 3 ਚੱਕ ਬੰਬੇ ਦੇ ਨਾਲ ਜਨਾਬ ਅਸੀਂ ਖੜੇ ਆ। ਉਮੀਦ ਕਰਾਂਗੇ ਕਿ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਈ ਹੋਗੀ। ਮਿਲਨੇ ਅਗਲੀ ਵੀਡੀਓ 'ਚ, ਖੁਦਾ ਹਾਫਿਜ਼ ਜੀ।